Waheguru Ji Ka Khalsa, Waheguru Ji Ki Fateh. Shri Guru Ramdas Ji Di Saji Hoi Dharti, Panjan Sarovara Naal Sushobit, Shri Amritsar De Naal Chhui Hoi E Jandiala Guru, Sant Baba Sucha Singh Ji De Us Kirpa De Naal, Karuna De Naal, ਛੂਹੀਆਂ ਹੋਈਆਂ ਆਤਮਾਵਾਂ ਬਾਬਾ ਸੋਹਣ ਸਿੰਘ ਜੀ ਸੰਤਵੰਤ ਸਿੰਘ ਜੀ ਅਤੇ ਹੋਰ ਜਿਨ੍ਹਾਂ ਦੇ ਮੈਂ ਨਾਮ ਨਹੀਂ ਬੋਲ ਰਹੀ ਪੰਜ ਦਿਵਯ ਵਿਭੂਤੀਆਂ ਅਤੇ ਹੋਰ ਸਾਰੀਆਂ ਜੁੜੀਆਂ ਹੋਈਆਂ ਆਤਮਾਵਾਂ ਅਤੇ ਵਿਦਵਾਨ ਜਨੋ ਸਾਰਿਆਂ ਦਾ ਮੈਂ ਦਿਲ ਤੋਂ ਸਾਰਿਆਂ ਨੂੰ ਦਿਲ ਤੋਂ ਨਤਮਸਤਕ ਹੁੰਦੀ ਹੋਈ ਆਓ ਆਪਣੇ ਵਿਸ਼ੇ ਵੱਲ ਚੱਲੀਏ ਵਿਸ਼ਾ ਹੈ ਗੁਰੂ ਸ਼ਬਦ ਦਾ ਚਿੱਤ 'ਤੇ ਪ੍ਰਭਾਵ ਥੋੜ੍ਹਾ ਜਿਹਾ ਪਹਿਲੇ ਮੈਂ ਚਿੱਤ ਅਤੇ ਚੇਤਨਾ ਨੂੰ ਨਾਲ ਅਲੱਗ ਕਰਾਂਗੀ ਜੀਵ ਆਤਮਾ ਇੱਕ ਆਤਮਾ ਹੈ ਇੱਕ ਜੀਵ ਆਤਮਾ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਉਸਨੂੰ ਮਿੱਥਿਆ ਸ਼ਬਦ ਦੇ ਨਾਲ ਜੀਵ ਆਤਮਾ ਦੀ ਵਿਆਖਿਆ ਕੀਤੀ ਹੈ ਮਿੱਥਿਆ ਤਨ ਧਨ ਕੁਟੰਬ ਸਬਾਇਆ ਤੋ ਇੱਕ ਜੀਵ ਆਤਮਾ ਦੇ ਕੋਲ ਤਿੰਨ ਸਰੀਰ ਨੇ ਜਿੰਨੇ ਅਸੀਂ ਇੱਥੇ ਬੈਠੇ ਹਾਂ ਇਹ ਜੀਵ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਨੂੰ ਜੀਓ ਅਤੇ ਜੀ ਕਹਿ ਕੇ ਸਮਝਾਇਆ ਹੈ ਹੋਰ ਸ਼ਬਦਾਂ ਨਾਲ ਵੀ ਕਿਹਾ ਹੈ ਪ੍ਰਾਣੀ ਕਿਆ ਹੈ ਮਨ ਕਿਆ ਹੈ ਜੀਓ ਅਤੇ ਜੀ ਸ਼ਬਦ ਚਿੱਤ ਦੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ ਜੀਵ ਆਤਮਾ ਦੇ ਕੋਲ ਤਿੰਨ ਸਰੀਰ ਨੇ ਸਥੂਲ ਸਰੀਰ ਸੂਕਸ਼ਮ ਸਰੀਰ ਅਤੇ ਕਾਰਨ ਸਰੀਰ ਸੂਕਸ਼ਮ ਸਰੀਰ ਜੋ 17 ਤੱਤਾਂ ਦਾ ਬਣਿਆ ਹੈ ਉਸ ਵਿੱਚ ਮਨ ਬੁੱਧੀ ਚਿੱਤ ਅਤੇ ਹੰਕਾਰ ਜਿਸ ਨੂੰ ਅਸੀਂ ਚਤੁਸ਼ਟਾ ਅੰਤਹਾਕਰਨ ਸ਼ਬਦ ਹੈ ਪ੍ਰੋਨੰਸੀਏਸ਼ਨ 'ਚ ਐਕਸੈਂਟ 'ਚ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਹੋ ਪਰ ਸ਼ਬਦ ਕੀ ਹੈ ਅੰਤਹਾਕਰਨ ਕਰਨ ਕਹਿੰਦੇ ਨੇ ਸਾਧਨ ਨੂੰ ਔਰ ਅੰਤਹ ਮੈਨੇ ਅੰਦਰ ਅੰਤਹਾਕਰਨ ਅਤੇ ਬਾਹੀਕਰਨ ਦੋ ਚੀਜ਼ਾਂ ਨੇ ਚਿੱਤ ਜੋ ਹੈ ਮਨ ਦਾ ਸੂਕਸ਼ਮ ਹਿੱਸਾ ਹੈ ਚੇਤਨਾ ਵੱਲ ਜਾਣ ਤੋਂ ਪਹਿਲੇ ਅਸੀਂ ਚਿੱਤ ਨੂੰ ਸਮਝਾਂਗੇ ਜਿਵੇਂ ਚੇਤਨਾ ਨੂੰ ਇੰਨਾ ਕੁ ਦੱਸਦੇ ਹਾਂ ਕਿ ਜਿਵੇਂ ਦੁੱਧ ਦਹੀਂ ਮੱਖਣ ਅਤੇ ਘਿਓ ਜੇ ਜੋਤ ਜਗਾਉਣੀ ਹੈ ਤਾਂ ਦੁੱਧ ਨਾਲ ਨਹੀਂ ਜਗਣੀ ਅਤੇ ਜੇ ਕੋਈ ਨਾਜ਼ੁਕ ਸਰੀਰ ਹੈ ਤਾਂ ਉਹਨੂੰ ਅਸੀਂ ਘਿਓ ਪਿਲਾ ਦਿਆਂਗੇ ਤਾਂ ਉਹ ਗੱਲ ਨਹੀਂ ਬਣੇਗੀ ਇੱਥੇ ਭਾਵ ਅਰਥ ਲੈਣਾ ਕਿ ਅਸੀਂ ਇਸ ਅਗਿਆਨ ਰੂਪੀ ਅੰਧਕਾਰ ਤੋਂ ਨਿਵਿਰਤੀ ਪਾਉਣ ਦੇ ਲਈ ਅਸੀਂ ਗਿਆਨ ਰੂਪੀ ਦੀਪਕ ਜਗਾਉਣਾ ਗਿਆਨ ਰੂਪੀ ਅਗਿਆਨ ਰੂਪੀ ਅੰਧਕਾਰ ਨੂੰ ਮਿਟਾਉਣਾ ਤੋ ਜੋ ਚੇਤਨਾ ਹੈ ਚੇਤਨ ਹੈ ਉਹ ਚਿੰਤਨ ਦੇ ਦੁਆਰਾ ਪ੍ਰਾਪਤ ਹੋਣਾ ਵੇਦਾਂਤ ਸ਼ਾਸਤਰ ਵਿੱਚ ਪਹਿਲਾ ਜੋ ਸੂਤਰ ਹੈ ਉਸਦਾ ਸੂਤਰ ਪਹਿਲਾਂ ਹੈ ਅਥਾਤੋ ਬ੍ਰਹਮ ਜਿਗਿਆਸਾ ਹੁਣੇ ਹੀ ਪੂਰਮ ਵਕਤਾ ਮਾਨੀ ਹੈ ਬੋਲ ਰਹੇ ਸੀ ਤੋ ਜਿਗਿਆਸੂ ਮਮੁਕਸ਼ੂ ਜੋ ਮੋਕਸ਼ ਦੀ ਇੱਛਾ ਕਰਦਾ ਜੋ ਸੁੱਖ ਨੂੰ ਚਾਹੁੰਦਾ ਥੋੜ੍ਹੇ ਦਿਨ ਪਹਿਲੇ ਸਰੀਰ ਹੋਲੇ ਮਹੱਲੇ 'ਤੇ ਗਿਆ ਅਤੇ ਕਹਿੰਦੇ ਅਨੰਦਪੁਰ ਸਾਹਿਬ ਦੇ ਵਿੱਚ ਆਪਾਂ ਸਾਰੇ ਹੋਲਾ ਮਹੱਲਾ ਮਨਾਉਂਦੇ ਹਾਂ ਤੋ ਆ ਕੇ ਜਦੋਂ ਮੈਂ ਜਿੱਥੋਂ ਇਹ ਵਿੱਦਿਆ ਲਈ ਹੈ ਸੰਤ ਪ੍ਰੀਤਮ ਸਿੰਘ ਜੀ ਹਰੀ ਨਿਰਮਲੇ ਆਤਮ ਅਨੁਭਵ ਆਸ਼ਰਮ ਅੰਮ੍ਰਿਤਸਰ ਵਿਖੇ ਜਦੋਂ ਕਥਾ ਆ ਕੇ ਹੋਲੇ ਮਹੱਲੇ ਦਾ ਪ੍ਰਸ਼ਾਦ ਗੁਰੂ ਦਸ਼ਮੇਸ਼ ਜੀ ਦੀ ਧਰਤੀ ਛੂਈ ਹੋਈ ਧਰਤੀ ਤੋਂ ਲੈ ਕੇ ਆਈ ਤਾਂ ਮੈਂ ਕਿਹਾ ਅਨੰਦਪੁਰ ਦੇ ਵਾਸੀ ਤੋ ਸਾਡਾ ਸਰੂਪ ਚਿੱਤ 'ਤੇ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਇਹ ਦੱਸਣਾ ਚਾਹੁੰਦੀ ਹਾਂ ਤੋ ਇੱਕ ਅੰਤਹਕਰਨ ਹੈ ਇੱਕ ਬਾਹੀਕਰਨ ਹੈ ਤਾਂ ਛਾਤਰ ਜਗਿਆਸੂ ਤਾਂ ਇੱਕ ਪਹਿਲੇ ਸ਼ਬਦ ਅਸੀਂ ਗੁਰੂ ਨਾਨਕ ਦੇਵ ਜੀ ਦਾ ਸ਼ਰਵਣ ਕੀਤਾ ਜਦੋਂ ਮੈਂ ਅਜੇ ਸਰੀਰ ਆ ਰਿਹਾ ਸੀ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਆ ਸੁਰ ਵਿੱਚ ਸੀ ਤਾਂ ਮੈਂ ਕਿਹਾ ਆਈ ਮਿਸਡ ਸਮਥਿੰਗ ਕਿ ਮੈਂ ਉਸਨੂੰ ਪੂਰਾ ਸੁਣਦੀ ਤੋ ਵਿੱਦ ਸ਼ਬਦ ਤੋਂ ਵਿੱਦਿਆ ਸ਼ਬਦ ਬਣਿਆ ਤੋ ਵਿਦਿਆਰਥੀ ਸਾਰੇ ਬੋਲੇ ਕਿ ਅਸੀਂ ਸਿੱਖਣ ਆਏ ਹਾਂ ਔਰ ਹੁਣੇ ਹੀ ਪੂਜਨੀਕ ਪ੍ਰੋਫੈਸਰ ਕਰਤਾਰ ਸਿੰਘ ਜੀ ਦੇ ਦਰਸ਼ਨ ਮੈਨੂੰ ਹੋਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਅੱਖਰ ਬੋਲਿਆ ਕਿ ਆਈ ਐਮ ਏ ਵਿਦਿਆਰਥੀ ਸਟੂਡੈਂਟ ਜੋ ਸਿੱਖਦਾ ਹੈ ਤੋ ਵਿਦ ਧਾਤੂ ਸੇ ਵਿਦਿਆਰਥੀ ਸ਼ਬਦ ਬਣਾ ਹੈ ਵਿਦ ਜਾਣਨਾ ਤੋ ਚੇਤਨਾ ਜੋ ਹੈ ਚੇਤਨ ਜਿਸ ਤਰ੍ਹਾਂ ਦੁੱਧ ਤੋਂ ਹੀ ਦਹੀਂ ਮੱਖਣ ਅਤੇ ਘਿਓ ਬਣਿਆ ਇਸੇ ਤਰ੍ਹਾਂ ਹੀ ਇੱਕ ਅਕਾਲ ਪੁਰਖ ਤੋਂ ਹੀ ਅੰਤਹਾਕਰਨ ਬਾਹੀਕਰਨ ਇੱਕ ਬਾਹੀਕਰਨ ਹੈ ਇੱਕ ਅੰਤਹਾਕਰਨ ਹੈ ਤੋ ਜੀਵ ਆਤਮਾ ਦਾ ਵਿਸਥਾਰ ਮਿੱਥਿਆ ਆਤਮਾ ਹੈ ਫਿਰ ਉਸਨੂੰ ਵਿਸਥਾਰ ਵਿੱਚ ਗੌਣ ਆਤਮਾ ਕਰਕੇ ਵੀ ਵਿਚਾਰ ਸਾਗਰ ਇਤਿਆਦਿ ਗ੍ਰੰਥਾਂ ਵਿੱਚ ਦੱਸਿਆ ਹੈ ਤੋ ਚਿੱਤ 'ਤੇ ਗੁਰੂ ਸ਼ਬਦ ਦਾ ਕੀ ਪ੍ਰਭਾਵ ਹੈ ਗੁਰੂ ਦਾ ਅਰਥ ਸੰਖੇਪ ਵਿੱਚ ਕਿਉਂਕਿ ਮੈਂ ਪ੍ਰਭਾਵ ਨੂੰ ਦੱਸਣਾ ਹੈ ਕਿ ਚਿੱਤ ਹੈ ਕੀ ਔਰ ਚਿੱਤ ਤੋਂ ਕਿਸ ਤਰ੍ਹਾਂ ਅਸੀਂ
ਆਪਣੀ ਚੇਤਨਾ ਨੂੰ ਆਪਣੇ ਚਿੰਤਨ ਨੂੰ ਚਿੱਤ ਵਿੱਚ ਕਿਉਂ ਸੀਮਤ ਕੀਤੀ ਬੈਠੇ ਹਾਂ ਔਰ ਚਿੱਤ ਨਾਲ ਅਸੀਂ ਕੀ ਹੋ ਗਏ ਹਾਂ ਧਿਆਇਤੋ ਵਿਸ਼ਿਆਨ ਪੁੰਸਾਹ ਸੰਗਸਤੇਸ਼ੂ ਉਪਜਾਇਤੇ ਸੰਗਾਤ ਸੰਜਾਇਤੇ ਕਾਮਾ ਕਾਮਾਤ ਕ੍ਰੋਧੋ ਅਭਿਜਾਇਤੇ ਇਸ ਦੇ ਅੱਗੇ ਹੋਰ ਸਲੋਕ ਨੇ ਪਰ ਸਭ ਤੋਂ ਪਹਿਲੇ ਧਿਆਇਤੋ ਵਿਸ਼ਿਆਨ ਪੁੰਸਾਹ ਸਾਰਿਆਂ ਨੇ ਸ਼ਬਦ ਨਾਦ ਦੀ ਵਿਆਖਿਆ ਕੀਤੀ ਸਾਰੇ ਹੀ ਗੁਲਦਸਤੇ ਆਪਣੀ ਆਪਣੀ ਗੁਲਦਸਤੇ ਫੁੱਲ ਮਹਿਕ ਫੁੱਲ ਗੁਲਦਸਤੇ ਵਿੱਚ ਫੁੱਲ ਮਹਿਕ ਦਿੰਦੇ ਨੇ ਤੋ ਮੈਂ ਵੀ ਉਸਦੇ ਬਾਗ ਦਾ ਇੱਕ ਫੁੱਲ ਹਾਂ ਤਾਂ ਉਸਦੇ ਵਿੱਚ ਜਿਗਿਆਸੂ ਦੇ ਨਾਲ ਛਾਤਰ ਦੇ ਨਾਲ ਤੀਸਰਾ ਸ਼ਬਦ ਵਰਤਿਆ ਸੀ ਸ਼ਿਸ਼ ਜਿਸ ਨੂੰ ਅਸੀਂ ਪੰਜਾਬੀ ਵਿੱਚ ਸਿੱਖ ਕਹਿੰਦੇ ਹਾਂ ਸਿੱਖ ਮੈਨੇ ਜੋ ਸਿੱਖਣਾ ਸ਼ ਤਿਕ ਸ਼ਿਕਸ਼ਾ ਔਰ ਇੱਧਰ ਸਿੱਖਿਆ ਕਹਿੰਦੇ ਵਿਆਕਰਣ ਦੇ ਅਨੁਸਾਰ ਤੋ ਤਦ ਵਿਧੀ ਪ੍ਰਣੀਪਾ ਤੇਨ ਪਰਿਪ੍ਰਸ਼ਨੇਨ ਸੇਵਿਆ ਉਪਦੇਸ਼ਯੰਤੀ ਤੇ ਗਿਆਨਮ ਗਿਆਨੀ ਨਸਤੱਤਵ ਦਰਸ਼ਿਨਾ ਇਹ ਗੀਤਾ ਦਾ ਸ਼ਲੋਕ ਹੈ ਪਹਿਲੇ ਜਿਹੜਾ ਬੋਲਿਆ ਉਹ ਵੀ ਗੀਤਾ ਦਾ ਹੈ ਤਾਂ ਇੱਧਰ ਅਸੀਂ ਲੈਣਾ ਹੈ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਤੋ ਅੰਦਰ ਜੋ ਸਾਡੀ ਸੁਰਤ ਹੈ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਚਿੱਤ ਤੋਂ ਚੇਤਨਾ ਗੁਰੂ ਸ਼ਬਦ ਦਾ ਪ੍ਰਭਾਵ ਕੀ ਹੋਏਗਾ ਕਿ ਚਿੱਤ ਤੋਂ ਅਸੀਂ ਚੇਤਨ ਹੋ ਜਾਵਾਂਗੇ ਇਕੱਲੇ ਹੀ ਚੇਤਨ ਨਹੀਂ ਹੋਵਾਂਗੇ ਅਸੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਧਾਂਤ ਮੰਤਰ ਹੈ ਮੂਲ ਮੰਤਰ ਹੈ ਬੀਜ ਮੰਤਰ ਹੈ ਔਰ ਉਹ ਮੰਤਰ ਦਾ ਅਰਥ ਕੀ ਹੁੰਦਾ ਹੁਣ ਅੰਦਰ ਕਹਿ ਰਹੇ ਸੀ ਨਾ ਸਾਰੇ ਅੰਤਰਮੁਖੀ ਹੋਵੋ ਪੂਰਵ ਵਕਤਾ ਵੀ ਕਹਿ ਰਹੇ ਸੀ ਅੰਤਰ ਤੋ ਅੰਤਰ ਸ਼ਬਦ ਨੂੰ ਮੈਂ ਵਿਸ਼ੇਸ਼ ਵਿਆਖਿਆ ਦੱਸਦੇ ਨਾ ਹੋਏ ਇੰਨਾ ਕੁ ਜ਼ਰੂਰ ਦੱਸਾਂਗੀ ਕਿਉਂਕਿ ਜਿਹੜੀ ਸ਼ਬਦ ਸ਼ਕਤੀ ਹੈ ਨਾ ਉਹਨੂੰ ਵਿਅੰਜਨਾ ਸ਼ਕਤੀ ਅਭਿਦਾ ਸ਼ਕਤੀ ਜੈਤੀ ਅਜੈਤੀ ਭਾਗ ਤਿਆਗ ਲਕਸ਼ਣਾ ਬਿਰਤੀ ਜੈਤੀ ਲਕਸ਼ਣਾ ਅਜੈਤੀ ਲਕਸ਼ਣਾ ਅਤੇ ਭਾਗ ਤਿਆਗ ਲਕਸ਼ਣਾ ਬਿਰਤੀ ਇਸ ਨੂੰ ਮੈਂ ਇਸ ਲਈ ਦੱਸਣਾ ਚਾਹੁੰਦੀ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦੱਸਿਆ ਗਿਆ ਹੈ ਉਹ ਸਿੱਧਾ ਅਕਾਲ ਪੁਰਖ ਦੇ ਨਾਲ ਮਿਲਾਪ ਹੈ ਜਿਸ ਤਰ੍ਹਾਂ ਕੋਈ ਕਹਿੰਦਾ ਕਿ ਫਲਾਣਾ ਲਾਈਨਾਂ 'ਤੇ ਰਹਿੰਦਾ ਤੋ ਲਾਈਨਾਂ 'ਤੇ ਨਹੀਂ ਉਹ ਰਹਿੰਦਾ ਇਸ ਦਾ ਮਤਲਬ ਉਹ ਲਾਈਨਾਂ ਦੇ ਨੇੜੇ ਰਹਿੰਦਾ ਤੋ ਇਹ ਦ੍ਰਿਸ਼ਟਾਂਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ਕਤੀ ਅਤੇ ਸਾਡੇ ਅਨੁਭਵ ਲਈ ਇਹ ਸਾਰੇ ਅਧੂਰੇ ਨੇ ਪਰ ਇੱਕ ਅੰਗ ਦ੍ਰਿਸ਼ਟਾਂਤ ਦਾ ਲੈਣਾ ਕਿ ਸਿੱਧਾ ਸ਼ਬਦ ਤੋਂ ਨਾਦ ਸ਼ਬਦ ਜੋ ਹੈ ਨਾਦ ਨਦ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਆਨੰਦ ਜਦੋਂ ਨਾਦ ਬਣ ਜਾਏਗਾ ਜਦੋਂ ਅੰਦਰ ਗੁੰਜਾਰ ਕਰੇਗਾ ਤਾਂ ਫਿਰ ਉਹ ਇੱਕ ਜਿਸ ਤਰ੍ਹਾਂ ਰਸਾਇਣ ਦੱਸ ਰਹੇ ਸੀ ਤੇਰੋ ਜਨ ਰਾਮ ਰਸਾਇਣ ਮਾਤਾ ਤੋ ਰਸ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਤੇਜਾ ਮੰਦਰ ਰਸ ਮਿੱਠਾ ਰਸ ਮਾਸ ਇਹ ਸਾਰਾ ਕਰਕੇ ਇਹ ਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਤੋ ਚਰਮ ਦਾ ਰਸ ਦੱਸ ਰਹੇ ਸੀ ਨਾਮ ਦਾ ਰਸ ਦੱਸ ਰਹੇ ਸੀ ਸ਼ਬਦ ਰਸ ਦੱਸ ਰਹੇ ਸੀ ਇੱਕ ਛੋਟੀ ਜਿਹੀ ਗੱਲ ਸਾਖੀ ਦਾ ਦ੍ਰਿਸ਼ਟਾਂਤ ਗੁਰੂ ਨਾਨਕ ਦੇਵ ਜੀ ਨੇ ਕੋੜੇ ਰਿੱਠੇ ਮਿੱਠੇ ਕੀਤੇ ਤੋ ਸ਼ਬਦ ਬਾਹਰੋਂ ਨਹੀਂ ਸੁਣਾਈ ਦਿੱਤਾ ਸਾਡੇ ਨੇਤਰਾਂ ਵਿੱਚ ਕੋਈ ਪਿਆਰ ਨਾਲ ਜਦੋਂ ਦੇਖਦਾ ਤੋ ਸਾਡੇ ਨੇਤਰਾਂ ਦੀਆਂ ਕਟੋਰੀਆਂ ਲਿਵ ਕਟੋਰੀ ਅੰਮ੍ਰਿਤ ਭਰੀ ਪੀਪੀ ਅਮਰ ਕਰਾਵਣਿਆ ਇਸ ਤਰ੍ਹਾਂ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪੰਕਤੀ ਆਈ ਹੈ ਤੋ ਲਿਵ ਕਟੋਰੀ ਕਟੋਰੀ ਥੋੜ੍ਹੀ ਡੂੰਘੀ ਹੁੰਦੀ ਹੈ ਔਰ ਆਪ ਕਟੋਰੀ ਵਿੱਚ ਸਿੱਧਾ ਪਾਣੀ ਪਾ ਸਕਦੇ ਹੋ ਪਰ ਜਿਹੜੀ ਨੇਤਰਾਂ ਦੀ ਇਹ ਜੋ ਲੈਂਸ ਨੇ ਇਹ ਹਰ ਵੇਲੇ ਗਿੱਲੇ ਰਹਿੰਦੇ ਨੇ ਇਫ ਸਮਨ ਆਸਕ ਫਰੋਮ ਵਿੱਚ ਸੋਰਸ ਦਾ ਵਾਟਰ ਇਜ਼ ਕਮਿੰਗ ਸੁੱਤੇ ਵੀ ਇਹ ਪਾਣੀ ਰਹਿੰਦਾ ਜਾਗਦੇ ਵੀ ਇਹ ਪਾਣੀ ਰਹਿੰਦਾ ਥੋੜ੍ਹਾ ਜਿਹਾ ਹੋਰ ਗਹਿਰਾਈ ਵਿੱਚ ਜਾਈਏ ਕਿਉਂਕਿ ਇਹ ਵਿੱਦਿਆ ਸਮੁੰਦਰ ਹੈ ਜਦੋਂ ਅਸੀਂ ਗਹਿਰੀ ਨਿੰਦਰਾ 'ਚ ਸੌਂ ਜਾਂਦੇ ਹਾਂ ਗਹਿਰੀ ਨਿੰਦਰਾ ਦੇ ਵਿੱਚ ਸਾਨੂੰ ਸ਼ਬਦ ਯਾਦ ਰਹਿੰਦਾ ਕਿ ਨਹੀਂ ਮੈਂ ਅੰਮ੍ਰਿਤਸਰ ਵਿੱਚ ਸੁੱਤਾਂ ਮੈਂ ਫਲਾਣੇ ਨਾਮ ਦਾ ਵਿਅਕਤੀ ਹਾਂ ਨਾ ਸਾਨੂੰ ਨਾਮ ਯਾਦ ਰਹਿੰਦਾ ਅਸੀਂ ਅਨਾਮੀ ਹੁੰਦੇ ਹਾਂ ਨਾ ਸਾਨੂੰ ਦੇਸ਼ ਯਾਦ ਰਹਿੰਦਾ ਅਸੀਂ ਅਦੇਸ਼ ਹੁੰਦੇ ਹਾਂ ਪ੍ਰਮਾਣ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਫਿਰ ਨਾਮ ਦੀ ਮਹਿਮਾ ਕਿਉਂ ਅਗਰ ਸੁਪਨੇ ਦੇ ਵਿੱਚ ਸਾਡਾ ਮਨ ਤਾਂ ਹੁੰਦਾ ਨਹੀਂ ਸੂਕਸ਼ਮ ਸਰੀਰ ਸਾਡਾ ਲੈ ਹੋ ਜਾਂਦਾ ਜਿਵੇਂ ਸ਼ੀਸ਼ਾ ਪੁੱਠਾ ਹੋ ਜਾਂਦਾ ਫਿਰ ਨਾਮ ਦੀ ਮਹਿਮਾ ਕੀ ਹੈ ਸ਼ਬਦ ਦੀ ਸ਼ਕਤੀ ਕੀ ਹੈ ਗੁਰੂ ਸ਼ਬਦ ਦੀ ਸ਼ਕਤੀ ਕੀ ਸ਼ਬਦ ਤਾਂ ਅਸੀਂ ਸਾਰੇ ਹੀ ਬੋਲ ਰਹੇ ਹਾਂ 52 ਅੱਛਰ ਲੋਕ ਤਰ੍ਹਾਂ ਸਭ ਕਿਛ ਨਹੀਂ ਮਾਂ ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਹੀ ਮੈਂ ਨਹੀਂ ਤੋ ਨਿੰਦਰਾ ਦੇ ਵਿੱਚ ਜਦੋਂ ਸਾਨੂੰ ਕੋਈ ਬੁਲਾਉਂਦਾ ਕਿ ਤੁਸੀਂ ਮਹਿੰਦਰ ਸਿੰਘ ਜੀ ਉੱਠੋ ਜਾਂ ਕੋਈ ਵੀ ਨਾਮ ਨਾਲ ਬੁਲਾਉਂਦਾ ਉੱਥੇ ਸਾਡੀ ਜਾਤੀ ਨਹੀਂ ਹੈ ਵਰਣ ਨਹੀਂ ਹੈ ਆਸ਼ਰਮ ਨਹੀਂ ਹੈ ਦੇਸ਼ ਨਹੀਂ ਹੈ ਕਾਲ ਨਹੀਂ ਹੈ ਈਵਨ ਸਾਨੂੰ ਧਰਮ ਵੀ ਯਾਦ ਨਹੀਂ ਰਹਿੰਦਾ ਇੱਥੇ ਉਹ ਪਰਮਾਤਮਾ ਵਾਲਾ ਧਰਮ ਨਾ ਲੈਣਾ ਇੱਥੇ ਸਰੀਰ ਦੇ ਧਰਮ ਮਨ ਦੇ ਧਰਮ ਬੁੱਧੀ ਦੇ ਧਰਮ ਸਾਡੀਆਂ ਵਿਚਾਰਧਾਰਾਵਾਂ ਦੇ ਜੋ ਧਰਮ ਨੇ ਉਹਨਾਂ ਦੀ ਗੱਲ ਕਰ ਰਹੇ ਸੱਚ ਧਰਮ ਦੀ ਗੱਲ ਨਹੀਂ ਕਰ ਰਹੇ ਤੋਂ ਧਰਮ ਜਦੋਂ ਨਿੰਦਰਾਂ ਵਿੱਚ ਸਾਨੂੰ ਕੋਈ ਆਵਾਜ਼ ਲਗਾਉਂਦਾ ਤਾਂ ਅਸੀਂ ਕਿਸ ਤਰ੍ਹਾਂ ਜਾਗਦੇ ਹਾਂ
ਉਹ ਇਸ ਦਾ ਮਤਲਬ ਉਹ ਅਚਿੰਤ ਸ਼ਕਤੀ ਸ਼ਬਦ ਰੱਖਦਾ। ਇਸ ਤਰ੍ਹਾਂ ਅਸੀਂ ਇੱਕ ਨਿੰਦਰਾ ਵਿੱਚ ਸੁੱਤੇ ਪਏ ਹਾਂ। ਚਿੱਤ ਜਿਹੜਾ ਹੈ ਇੱਕ ਪੈਗੰਬਰੀ ਦੇ ਚਿੱਤ ਦੀ ਮੈਂ ਗੱਲ ਕਰ ਰਹੀ ਹਾਂ। ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤੇ ਵਸੈ, ਚਿੱਤ ਨਾ ਪਇਓ ਹਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ। ਤੋ ਗੁਰੂ ਸ਼ਬਦ ਦੇ ਨਾਲ ਪਿਛਲੇ ਜਨਮ 'ਚ ਉਹਨਾਂ ਨੇ ਰਾਜਾ ਦੁਸ਼ਟ ਦਮਨ ਦੇ ਰੂਪ ਵਿੱਚ ਤਪ ਕੀਤਾ, ਔਰ ਪਿਛਲਾ ਜਨਮ ਸਾਰਾ ਹੀ ਯਾਦ ਹੈ, ਔਰ ਸਾਰੇ ਗੁਰੂ ਗ੍ਰੰਥ ਸਾਹਿਬ ਸੁਰਤ ਤੋਂ ਸਿਮਰਤੀ ਤੋਂ ਨਿਕਲੇ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਲਿਖਵਾਏ ਨੇ। ਪ੍ਰਤੱਖ ਨੂੰ ਕਿੰਮ ਪ੍ਰਮਾਣ ਆਵਸ਼ਕਤਾ, ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ। ਤੋ ਉਹ ਬਾਣੀ ਜੋ ਸ਼ਬਦ ਸ਼ਕਤੀ ਹੈ, ਗੁਰੂ ਸ਼ਬਦ ਗ੍ਰੀ ਧਾਤੂ ਤੋਂ ਬਣਿਆ, ਜਿਸ ਦਾ ਅਰਥ ਹੈ ਨਿਗਲ ਜਾਣਾ, ਖਤਮ ਕਰ ਦੇਣਾ, ਔਰ ਭਾਰੀ, ਵੱਡਾ, ਔਰ ਚਾਨਣਾ। ਤੋ ਗੁਰੂ ਸ਼ਬਦ ਬੋਲਦਿਆਂ ਹੀ ਦੁਨੀਆਂ ਦਾ ਸ਼ਬਦ ਬੋਲੋਗੇ, ਵਿਅਕਤੀ ਬਣ ਜਾਓਗੇ, ਇਨਸਾਨ ਬਣ ਜਾਓਗੇ, ਜਾਤੀ ਵਾਲੇ ਬਣ ਜਾਓਗੇ, ਵਿਅਕਤੀ ਬਣ ਜਾਓਗੇ। ਪਰ ਗਹਿਰੀ ਨਿੰਦਰਾ ਦੇ ਵਿੱਚ ਇੱਕ ਸ਼ਬਦ ਸਾਨੂੰ ਨਿੰਦਰਾ ਤੋਂ ਜਗਾ ਦਿੰਦਾ ਹੈ ਵੀ ਉੱਠੋ। 100 ਵਿਅਕਤੀ ਸੁੱਤੇ ਹੋਣ, ਅਸੀਂ ਜਾਗ ਪਵਾਂਗੇ। ਉੱਧਰ ਇਸ਼ਾਰਾ ਦਸ਼ਮੇਸ਼ ਪਿਤਾ ਜੀ ਨੇ ਕੀਤਾ ਕਿ ਜੋ ਉਹ ਸ਼ਬਦ ਅਗਰ ਗੁਰੂ ਦਸ਼ਮੇਸ਼ ਜੀ ਦਾ ਅੱਜ ਨਾ ਹੁੰਦਾ, ਔਰ ਸ਼ਬਦ ਦੇ ਨਾਲ ਗੁਰੂ ਦਸ਼ਮੇਸ਼ ਜੀ ਦੀਆਂ ਜ਼ਿੰਦਾ ਨੇ ਔਰ ਗੁਰੂ ਦਸ਼ਮੇਸ਼ ਜੀ ਦੇ ਪਿਤਾ ਨੇ ਕੁਰਬਾਨੀ ਨਾ ਕੀਤੀ ਹੁੰਦੀ, ਤਾਂ ਅੱਜ ਅਸੀਂ ਚਿੱਤ ਦੇ ਵਿੱਚ ਹੀ ਉਸ ਹਾਲਤ ਵਿੱਚ ਹੁੰਦੇ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸਰਬ ਜੋਨ ਮਲ ਵਾਲਾ ਉਤਰੇ, ਸਾਰਾ ਸ਼ਬਦ ਤੁਹਾਨੂੰ ਆਉਂਦਾ। ਪਰ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਬਦੇ ਤਿਰਲੋਚਨ ਤੇ ਨਰਮੁਕਤਾ ਪੀ ਤਾਂਬਰ ਵਾਂਗਰ ਹਿਰਦੇ ਵਸੇ। ਤੋ ਚਿੱਤ ਤੋਂ ਚਿੰਤਨ ਅਤੇ ਚੇਤਨਾ ਵੱਲ, ਤੋ ਗੁਰੂ ਦਸ਼ਮੇਸ਼ ਜੀ ਦੇ ਚਿੱਤ ਵੱਲ ਧਿਆਨ ਦਿਓ। ਚਿੱਤ ਨਾ ਪਇਓ ਹਮਰੋ ਆਵਨ ਕਹਿ, ਸਾਰਾ ਹੀ ਪਿਛਲਾ ਜਨਮ ਯਾਦ ਹੈ। ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਵਿਧ ਯੋਗ ਸਾਧਨਾ ਸਾਧਾ, ਸਾਨੂੰ ਤੋ ਪੂਰਾ ਜਪਜੀ ਸਾਹਿਬ ਕੰਠ ਹੋ ਜਾਏ ਤੋ ਮੁਬਾਰਕ ਹੈ। ਮੈਂ ਵਿਦਿਆਰਥਣਾਂ ਵੱਲ ਦੇਖ ਰਹੀ ਸੀ, ਵਿਦਿਆਰਥੀਆਂ ਵੱਲ ਦੇਖ ਰਹੀ ਸੀ, ਔਰ ਇਹਨਾਂ ਦੀ ਸਾਰੀ ਹਿੰਮਤ ਵੱਲ ਦੇਖ ਰਹੀ ਸੀ ਕਿ ਇੱਕ ਵਾਰ ਇੱਕ ਜਗ੍ਹਾ ਗਈ ਤਾਂ ਕਹਿੰਦੇ ਕਿ ਮੇਰੇ ਇਹ ਸਾਰੇ ਇੰਨੇ ਵਿਦਿਆਰਥੀ ਨੇ, ਨਹੀਂ ਵਿਦਿਆਰਥੀਆਂ ਦੇ ਵਿੱਚ ਤੁਹਾਡੀ ਝਲਕ ਹੈ, ਉਸਤਾਦ ਝਲਕਦਾ। ਇਸ ਤਰ੍ਹਾਂ ਹੀ ਗੁਰੂ ਦਸ਼ਮੇਸ਼ ਜੀ ਦੇ, ਜਦ ਤੱਕ ਜਿਸ ਹਿਰਦੇ 'ਚ ਗੁਰੂ ਜੀ ਦੀ ਆਵਾਜ਼ ਹੋਏਗੀ, ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼, ਇੱਕ ਓਅੰਕਾਰ, ਇਹ ਅਨਹਤ, ਇੱਕ ਆਹਤ ਹੈ, ਇੱਕ ਅਨਾਹਤ ਹੈ। ਤੋ ਹੱਥ ਸ਼ਬਦ ਅਰਥ ਹੁੰਦਾ ਹਨ ਨਾ ਹੰਨਿਆ ਅਤੇ ਹੰਨੇ ਮਾਨੇ ਸਰੀਰੇ, ਹੱਥ ਮੈਨੇ ਜੋ ਮਾਰਨਾ। ਤੋ ਅਨਹਤ ਵੀ ਆਇਆ ਹੈ, ਅਨਹਦ ਸ਼ਬਦ ਵੀ ਆਇਆ ਹੈ। ਤੋ ਜਦੋਂ ਅਨ ਉਪਸਰਗ ਅੱਗੇ ਲੱਗ ਜਾਂਦਾ ਹੈ ਤਾਂ ਉਸਦਾ ਅਰਥ ਹੈ ਆਹਤ ਵਿੱਚ ਵੀ ਹੱਥ ਸ਼ਬਦ ਆਇਆ ਹੈ ਔਰ ਅਨਾਹਤ ਵਿੱਚ ਵੀ ਹੱਥ ਸ਼ਬਦ ਆਇਆ ਹੈ। ਤੋ ਜਿਸ ਦਾ ਅਰਥ ਕੀ ਹੈ, ਆਹਤ ਮੈਨੇ ਜੋ ਚੋਟ ਕਰਕੇ ਔਰ ਅਨਾਹਤ ਮੈਨੇ ਜੋ ਸਹਿਜ ਸੁਭਾਏ ਹੈ। ਤੋ ਇਸਦੀ ਵਿਆਖਿਆ ਆਪ ਪਹਿਲੇ ਸੁਣ ਚੁੱਕੇ ਹੋ। ਪਰ ਚਿੱਤ ਦੀਆਂ ਆਪਣੇ ਪੇਪਰ ਦੇ ਵਿੱਚ ਮੈਂ 30 ਪ੍ਰਕਾਰ ਦਾ ਚਿੱਤ ਲਿਖਿਆ ਹੈ, ਜੋ ਹੋ ਸਕਿਆ ਤਾਂ ਮੈਂ ਲਿਖ ਕੇ ਪੇਪਰ ਨੂੰ ਡਿਟੇਲ 'ਚ ਦੇ ਦਿਆਂਗੀ। ਅਤੇ ਜਿਸ ਵਿੱਚ ਮੁੱਖ ਚਿੱਤ ਨੇ ਸਥਿਰ ਚਿੱਤ, ਸਥਿਰ ਹਾਂ ਵੀ ਚਿੱਤ ਸਥਿਰ। ਅਭਿਆਗੇਤ ਇਹ ਨਾ ਆਖਿਅਨ ਜਿਨਕੇ ਚਿੱਤ ਮੈਂ ਪਰਮ। ਤੋ ਪਰਮਿਤ ਚਿੱਤ ਦੀ ਉਦਾਹਰਣ ਦੇਖਣੀ ਹੋਵੇ ਤਾਂ ਪਹਿਲੇ ਚਿੱਤ ਨੂੰ ਚੇਤਨਾ ਤੋਂ ਵੱਖਰਾ ਕਰਨਾ ਪਏਗਾ। ਮਨ, ਬੁੱਧੀ, ਚਿੱਤ ਅਤੇ ਹੰਕਾਰ, ਚਿੱਤ ਕਿਸ ਨੂੰ ਕਹਿੰਦੇ ਨੇ? ਯਾਦਾਂ ਦੇ ਸਟੋਰ ਕੀਪਰ ਨੂੰ ਚਿੱਤ ਕਹਿੰਦੇ ਨੇ। ਜੇ ਮਨ ਵਿੱਚੋਂ ਚਿੱਤ ਕੱਢ ਦਿੱਤਾ ਜਾਏ ਤਾਂ ਮਨ ਕੋਈ ਕੰਮ ਨਹੀਂ ਕਰ ਸਕੇਗਾ। ਤੁਹਾਡੇ ਪੀਪੇ 'ਚ ਆਟਾ ਨਹੀਂ ਹੈ, ਤੁਸੀਂ ਕਿਸ ਤਰ੍ਹਾਂ ਦੇਖੋਗੇ ਕਿ ਆਟਾ ਕੱਢ ਕੇ ਰੋਟੀ ਕਿਸ ਤਰ੍ਹਾਂ ਖਿਲਾਓਗੇ? ਇਸੇ ਤਰ੍ਹਾਂ ਹੀ ਚਿੱਤ ਦੇ ਸੂਕਸ਼ਮ ਰੂਪ ਨੇ। ਇੱਕ ਸਥੂਲ ਚਿੱਤ ਦਾ ਰੂਪ ਹੈ, ਚਿੱਤ ਦਾ ਕਾਰਜ ਰੂਪ ਮਨ ਹੈ, ਇਸ ਕਰਕੇ ਚਿੱਤ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਹੋ ਹੀ ਚਿੱਤ ਨੂੰ ਧ੍ਰਿਤਰਾਸ਼ਟਰ ਜੀ ਨੂੰ ਦਿਵ ਦ੍ਰਿਸ਼ਟੀ ਦੇ ਕੇ ਰਿਸ਼ੀ ਵੇਦ ਵਿਆਸ ਜੀ ਨੇ ਚਿੱਤ ਦੇ ਦੁਆਰਾ 101ਵਾਂ ਜਨਮ ਦਿਖਾਇਆ ਸੀ ਕਿ ਇਹ ਦੇਖ ਤੂੰ ਇਸ ਜਨਮ 'ਚ ਮਾੜਾ ਕਰਮ ਕੀਤਾ ਸੀ, ਜਿਸ ਦਾ ਤੈਨੂੰ ਇਹ ਫਲ ਮਿਲਿਆ। ਤੋ ਚਿੱਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਦੇ ਦੁਆਰਾ ਚੇਤਨਾ ਵਿੱਚ ਅਤੇ ਚਿੰਤਨ ਵਿੱਚ ਬਦਲਣ ਦੇ ਲਈ ਸਾਨੂੰ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਲਿਖਿਆ ਸੁਰ ਅਭਿਆਸ ਕੇਂਦਰ, ਜਦ ਤੱਕ ਅਭਿਆਸ ਨਹੀਂ ਹੈ ਜੀਵਨ ਦੇ ਵਿੱਚ, ਇਸ ਨੂੰ ਕਿਹਾ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਤੋ ਚਿੱਤ ਚਿੱਤਵੋਂ, ਚਿੱਤ ਦੇ ਵਿੱਚ ਸ਼ਕਤੀ ਇਹ ਕਿ ਤੁਸੀਂ 10 ਸਾਲ ਦੀ ਗੱਲ ਪੁੱਛ ਲਓ, ਸਾਰੀ ਸਾਨੂੰ ਯਾਦ ਆ ਜਾਏਗੀ। ਮੇਰਾ ਨਾਮ ਇਹ ਹੈ, ਫਰਜ਼ ਕਰੋ ਸਰੀਰ ਦਾ ਨਾਮ ਬੋਲ ਰਹੇ ਅਸੀਂ, 50 ਸਾਲ ਪਹਿਲੇ ਇੱਕ ਵਾਰ ਸੁਣਿਆ ਹੀ ਹੈ, ਤੋ ਚਿੱਤ ਨੇ ਉਸਨੂੰ ਅੰਦਰ ਨੋਟ ਕਰ ਲਿਆ। ਤੋ ਮਨ ਚਿੱਤ ਤੋਂ ਬਿਨਾਂ ਕੁਛ ਨਹੀਂ ਹੈ, ਚਿੱਤ ਦੇ ਕਾਰਨ ਪਿੱਛੇ ਬੁੱਧੀ ਹੈ। ਤੋ ਚਿੱਤ ਜੋ ਹੈ
ਪੈਗੰਬਰੀ ਦਾ ਚਿੱਤ ਹੁੰਦਾ, ਇੱਕ ਮੂੜ ਚਿੱਤ ਹੁੰਦਾ, ਇੱਕ ਮੁਗਧ ਚਿੱਤ ਹੁੰਦਾ। ਇਸ ਦੀ ਵਿਆਖਿਆ ਕੁਛ ਥੋੜ੍ਹੀ ਇਹਨਾਂ ਨੇ ਮੈਗਜ਼ੀਨ 'ਚ ਮੈਂ ਥੋੜ੍ਹਾ ਜਿਹਾ ਦਿੱਤਾ ਸੀ, ਬਾਕੀ ਦਾ ਡਿਟੇਲ ਪੇਪਰ ਵਿੱਚ ਹੈ। ਪਰ ਮੈਂ ਜੋ ਮੁੱਖ ਦੱਸਣਾ ਚਾਹੁੰਦੀ ਹਾਂ ਕਿ ਇਹ ਅਨੰਤ ਜਨਮ ਦੇ ਸੰਸਕਾਰ ਲੈ ਕੇ ਸਾਡਾ ਚਿੱਤ ਬਣਿਆ। ਚਿੱਤ ਦਾ ਮੂਲ ਕੀ ਹੈ? ਸੰਸਕਾਰ। ਸੰਸਕਾਰਾਂ ਨੂੰ ਜੇ ਅਸੀਂ ਲਈਏ, ਉਸਨੂੰ ਕਹਿੰਦੇ ਨੇ ਗੁਣ ਵਿਰਧੀ ਰੂਪ ਅਤੇ ਦੋਸ਼ ਨਿਵਿਰਤੀ ਰੂਪ। ਸੰਸਕਾਰ ਸਨਾਤਨ ਧਰਮ ਦੇ ਅੰਦਰ 7 ਤਰ੍ਹਾਂ ਦੇ ਸੰਸਕਾਰ ਕੀਤੇ ਜਾਂਦੇ ਨੇ, ਜਨਮ ਸੰਸਕਾਰ ਇਤਿਆਦਿ। ਤੋ ਜਦੋਂ ਅਸੀਂ ਵੈਪਟਾਈਜ਼ ਕਹਿੰਦੇ ਆ ਅੰਗਰੇਜ਼ੀ ਵਿੱਚ, ਜਦੋਂ ਈਸਾਈ ਧਰਮ ਦੇ ਅੰਦਰ ਉਸਨੂੰ ਅੰਮ੍ਰਿਤ ਦਿੱਤਾ ਜਾਂਦਾ ਜਾਂ ਜੋ ਵੀ, ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਨੇ ਜੋ ਅੰਮ੍ਰਿਤ ਪਿਲਾਇਆ, ਚਿੜੀਆਂ ਤੋਂ ਮੈਂ ਬਾਜ ਤੁੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ, 1,25,000 ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਤੋ ਅੰਮ੍ਰਿਤ ਦਾ ਅਰਥ ਕੀ ਹੈ? ਮ੍ਰਿਤੂ ਤੋਂ ਰਹਿਤ ਜੋ ਕੇਵਲਯ ਤੱਤਵ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸਨੂੰ ਕੀਤਾ, ਜੋ ਜੀਵਨ ਮੁਕਤ ਹੈ, ਜੋ ਕੇਵਲਯ ਹੈ, ਜੋ ਤੁਹਾਡਾ ਆਪਣਾ ਆਪ ਹੈ। ਸਾਰੇ ਚੀਜ਼ਾਂ ਨੂੰ ਅਸੀਂ ਕਹੀਏ ਪਾਣੀ ਹੈ, ਪਾਣੀ ਹੈ, ਪੀਤਾ ਨਹੀਂ ਤਾਂ ਦੇਖੋ ਪੀਣ ਦੇ ਲਈ ਰੱਖਿਆ, ਲੰਗਰ ਸਾਰਾ ਹੈ ਛਕਾਉਣ ਦੇ ਲਈ ਰੱਖਿਆ। ਗੁਰੂ ਰਾਮਦਾਸ ਜੀ ਨੇ ਚੁਣ ਕੇ ਧਰਤੀ ਅੰਮ੍ਰਿਤਸਰ ਦੀ ਸਾਨੂੰ ਦਿੱਤੀ, ਸਾਡੇ ਲਈ ਦਿੱਤੀ। ਤੋ ਜਿਸ ਤਰ੍ਹਾਂ ਅੱਖਾਂ ਨੂੰ ਕਹਿੰਦੇ ਹਾਂ ਮੇਰੀਆਂ ਅੱਖਾਂ ਆਪਣੀਆਂ, ਮੇਰਾ ਮਿਲੀਆਂ ਤਾਂ ਉਹਨੂੰ ਮੇਰਾ ਕਹਾਂਗੇ, ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਹੀ ਚਿੱਤ 'ਤੇ ਗੁਰੂ ਸ਼ਬਦ ਦਾ ਕੀ ਪ੍ਰਭਾਵ ਪਏਗਾ? ਪਹਿਲੇ ਇਹ ਚਿੱਤ ਸਵੀਕਾਰ ਕਰੇ, ਚਿੰਤਨ ਕਰੇ। ਜੇ ਇਹ ਚਿੱਤ ਸਰੀਰ ਨਾਲ ਜੁੜ ਗਿਆ, ਬਾਹੀਕਰਨ ਨਾਲ ਜੁੜ ਗਿਆ, ਮਤਲਬ ਬਾਹੀ ਮੈਨੇ ਬਾਹਰਮੁੱਖ ਹੋ ਗਿਆ ਇੰਦਰੀਆਂ ਦੇ ਰਸਤੇ, ਮੈਂ ਅੰਤਰ ਸ਼ਬਦ ਦਾ ਅਰਥ ਦੱਸਣ ਲੱਗੀ ਸੀ ਸੰਖੇਪ ਵਿੱਚ, ਇੱਕ ਹੈ ਇਹਦੇ ਅਤੇ ਮੇਰੇ ਵਿੱਚ ਬੜਾ ਅੰਤਰ ਹੈ, ਉਹ ਹੈਗਾ ਯੋਗਤਾ ਦਾ ਵੀ ਅੰਤਰ ਹੁੰਦਾ, ਦੂਰੀ ਦਾ ਵੀ ਅੰਤਰ ਹੁੰਦਾ, ਨਾਮਾਂ ਦਾ ਵੀ ਅੰਤਰ ਹੁੰਦਾ। ਪਰ ਅੰਤਰ ਸ਼ਬਦ ਨੂੰ ਰਹਿਰਾਜ ਸਾਹਿਬ ਦੇ ਪਾਠ ਵੱਲ ਚੱਲੋ, ਅੰਤਰ ਗੁਰੂ ਅਰਾਧਣਾ ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਣਨਾ ਗੁਰੂ ਨਾਉ। ਤੋ ਆਰਾਧਨਾ ਸ਼ਬਦ ਆਇਆ, ਸਾਧਨਾ ਸ਼ਬਦ ਦੇ ਨਾਲ ਸਾਧੂ ਬਣ ਜਾਂਦਾ ਹੈ। ਇਸ ਕਰਕੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੁਜਸ ਪੁਰ ਰੱਖੋ। ਤੋ ਇਹ ਸਾਡੇ ਕੋਲ ਬਾਹੀਕਰਨ ਦੇ ਦੁਆਰਾ ਇਹ ਇੰਦਰੀਆਂ ਨੇ, ਤੋ ਜੇ ਸਾਡੀਆਂ ਇਹ ਇੰਦਰੀਆਂ ਸ਼ਿਸ਼ ਬਣ ਜਾਣ, ਜਦੋਂ ਗੁਰੂ ਸ਼ਬਦ ਸੁਣਾਉਂਦਾ ਉਸੇ ਤਰ੍ਹਾਂ ਉਹਨੂੰ ਸੁਣੇ। ਵਿਦਿਆਰਥੀ ਕੀ ਕਰਦਾ? ਪਹਿਲੇ ਸੁਣਦਾ। ਤਾਂ ਮੈਂ ਦ੍ਰਿਸ਼ਟਾਂਤ ਦੇ ਰਹੀ ਸੀ ਕਿ ਸ਼ਬਦ ਦੀ ਅਚਿੰਤ ਸ਼ਕਤੀ ਸਾਨੂੰ ਨਿੰਦਰਾ ਤੋਂ ਉਠਾਉਂਦੀ ਹੈ। ਅਸੀਂ ਇੱਕ ਨਿੰਦਰਾ, ਇੱਕ ਮੋਹ ਨਿੰਦਰਾ ਹੈ, ਇੱਕ ਪ੍ਰਕਿਰਤਕ ਨਿੰਦਰਾ ਹੈ, ਇੱਕ ਯੋਗ ਨਿੰਦਰਾ ਹੈ। ਗੁਰੂ ਸ਼ਬਦ ਦਾ ਚਿੱਤ 'ਤੇ ਪ੍ਰਭਾਵ ਕੀ ਪਏਗਾ? ਕਿ ਚਿੱਤ ਸੰਨਿਆਸੀ ਹੋ ਜਾਏਗਾ। ਕੈਸਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮੈਨੂੰ ਟਾਈਮ ਦਾ ਪਤਾ ਨਹੀਂ ਹੈ, ਤੁਸੀਂ ਮੇਰੇ ਸਾਹਮਣੇ ਘੜੀ ਵੀ ਨਹੀਂ ਹੈ, ਤੋ ਮੈਂ 2-4 ਮਿੰਟਾਂ 'ਚ ਖਤਮ ਕਰਾਂਗੀ। ਤੋ ਚਿੱਤ ਜੋ ਹੈ, ਚਿੱਤ ਮੈਨੇ ਜਿਹਦਾ ਇੱਕ ਹਿੱਸਾ, ਜਿਵੇਂ ਪੌੜੀ ਦਾ ਇੱਕ ਹਿੱਸਾ ਥੱਲੇ ਹੈ ਔਰ ਇੱਕ ਹਿੱਸਾ ਉੱਪਰ ਹੈ, ਚਿੱਤ ਚੇਤਨ ਨਾਲ ਜੁੜਿਆ ਹੋਇਆ, ਚਿੱਤ ਸੱਤ ਨਾਲ ਜੁੜਿਆ ਹੋਇਆ, ਚਿੱਤ ਆਨੰਦ ਨਾਲ ਜੁੜਿਆ ਹੋਇਆ, ਚਿੱਤ ਵਿਆਪਕ ਨਾਲ ਜੁੜਿਆ ਹੋਇਆ। ਕਦੀ ਵੀ ਕੋਈ ਆਕਾਸ਼ ਨੂੰ ਘੜੇ ਵਿੱਚ ਨਹੀਂ ਬਣ ਸਕਿਆ। ਘੜੇ ਵਿੱਚ ਦੇਖਣਾ ਹੋਏ, ਘੜੇ ਵਿੱਚ ਡੰਡਾ ਪਾ ਦਿਉ ਜਾਂ ਘੜੇ ਵਿੱਚ ਆਪਾਂ ਕੋਈ ਚੀਜ਼ ਪਾਓ ਜਾਂ ਬਾਲਟੀ ਵਿੱਚ ਪਾਓ, ਤਾਂ ਪੂਰਾ ਉਹ ਗਹਿਰੀ ਲੰਬੀ ਨਜ਼ਰ ਆਏਗੀ, ਜਦਕਿ ਉਹਦੇ 'ਚ ਆਕਾਸ਼ ਛੋਟਾ। ਸਹਿਸ ਘਟਾ ਮੈਂ ਏਕ ਆਕਾਸ਼ ਘਟ ਫੂਟੇ ਤੋ ਉਹ ਪ੍ਰਕਾਸ਼, ਉਹ ਵਿਨਾਸੀ ਬਿਨ ਸਤਨਾਏ ਨਾ ਕੋ ਆਵੇ ਨਾ ਕੋ ਜਾਏ, ਗੁਰਪੂਰੇ ਹੋਮੇ ਮਲਕ ਹੋਈ ਕਹੁ ਨਾਨਕ ਮੇਰੀ ਪਰਮਗਤ ਹੋਈ। ਤੋ ਵੈਰਾਟ ਆਕਾਸ਼ ਵੀ ਕਿਹਾ। ਮੈਂ ਹੁਣੇ ਸਾਹਮਣੇ ਦੇਖ ਰਹੀ ਸੀ ਇੱਕ ਓਅੰਕਾਰ ਨੂੰ ਲਿਖਿਆ, ਜਦੋਂ ਮੈਂ ਆਪਣੇ ਵਿੱਦਿਆ ਦਾਤਾ ਸੰਤ ਪ੍ਰੀਤਮ ਸਿੰਘ ਜੀ ਹਰੀ ਜੀ ਦੇ ਚਰਨਾਂ ਵਿੱਚ 14 ਸਾਲ ਦੀ ਉਮਰ ਵਿੱਚ ਇਹ ਸਰੀਰ ਨੂੰ ਸੁਭਾਗ ਪ੍ਰਾਪਤ ਹੋਇਆ। ਖੈਰ ਵਿੱਦਿਆ ਪੜ੍ਹਨਾ ਨਹੀਂ ਤਾਂ ਬਹੁਤ ਦੇਰ ਤੋਂ ਬ੍ਰਹਮ ਵਿੱਦਿਆ, ਤੋ ਇੱਕ ਓਅੰਕਾਰ ਤੋਂ ਮੈਨੂੰ ਮੇਰੇ ਵਿੱਦਿਆ ਦਾਤਾ ਜੀ ਨੇ ਸ਼ੁਰੂ ਕੀਤਾ ਸੀ, ਇੱਕ ਓਅੰਕਾਰ ਤੋਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਵੀ ਇੱਕ ਓਅੰਕਾਰ ਹੈ। ਤੋ ਚਿੱਤ ਵਿੱਚ ਜਦੋਂ ਇੱਕ ਓਅੰਕਾਰ ਸ਼ੁਰੂ ਹੁੰਦਾ, ਤੋ 11 ਦਿਨ ਆਈ ਲਿਸਨਡ, 11 ਦਿਨ ਮੈਂ ਵੀ ਸਵੇਰੇ ਅਤੇ ਸ਼ਾਮ ਇੱਕ ਘੰਟਾ ਸੁਣਿਆ। ਸਵੇਰੇ 4 ਵਜੇ ਨਿਯਮ ਸੀ ਕਿ ਸੁਣਨਾ ਤਾਂ 4 ਵਜੇ ਹੀ ਆਉਣਾ ਪਏਗਾ। ਤੋ ਇਸ ਵਿੱਚ ਆਕਾਰ ਹੈ, ਉਕਾਰ ਹੈ, ਮਕਾਰ ਮਾਤਰਾ ਨੇ, ਆਕਾਰ ਉਕਾਰ ਮਕਾਰ ਅ ਊ ਮ। ਜਦੋਂ ਅਸੀਂ ਬੈਖਰੀ ਮੱਧਮਾ ਪਛੰਤੀ ਅਤੇ ਅਪਰਾ ਸ਼ਬਦ ਉਚਾਰਨ ਕਰਦੇ ਹਾਂ, ਤੋ ਬੈਖਰੀ ਤੋਂ ਬੋਲਦੇ ਹਾਂ। ਸਮਟਾਈਮਸ ਤੁਸੀਂ ਸੁਰ ਜਿਹੜਾ ਰਾਗ ਅਲਾਪ ਕਰਦੇ ਨੇ, ਹੁਣੇ ਹੀ ਅਚਿੰਤ ਸ਼ਕਤੀ ਤੋਂ ਮੈਨੂੰ ਪੰਡਿਤ ਭੀਮ ਸੈਨ ਜੋਸ਼ੀ ਜੀ ਦੀ ਇੱਕ ਵਾਰ ਮੈਂ ਛੋਟੇ ਹੁੰਦਿਆਂ ਇੰਟਰਵਿਊ ਸੁਣੀ, ਮੈਂ ਸੰਗੀਤ 'ਚ ਤੋਂ ਇੰਨੀ ਗਹਿਰੇ ਨਹੀਂ ਜਾ ਸਕੀ, ਪਰ ਮੈਂ ਥੋੜ੍ਹੀ ਸ਼ਰੋਤਰ ਸ਼ਕਤੀ ਥੋੜ੍ਹੀ ਕਿਨਕਾ ਮਾਤਰ ਹੈ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਬਜ਼ੁਰਗ ਵੱਡੇ ਮੈਨੂੰ ਛੱਡ ਕੇ ਆਏ, ਕਹਿੰਦੇ ਮੈਂ ਨੀਚੇ ਬੈਠਾ ਰਿਹਾ 2 ਸਾਲ, ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਤੋ ਪਰ ਉਹ ਇੱਕ ਸੁਣਨ ਦੀ ਇੱਕ ਸ਼ਕਤੀ ਸੀ ਕਿ ਸੁਣਨਾ, ਕਹਿੰਦੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਬਿਠਾਇਆ ਕਿ ਪਿੱਛੇ ਬੈਠ ਕੇ ਤੁਮ ਤਾਨਪੁਰਾ ਸੁਣੋ, ਇਸਮੇ ਸਾਹ ਔਰ ਪਾਕੀ ਧੁਨੀ ਕੋ ਸੁਣੋ, ਤੂੰ ਸੁਣਨਾ। ਤੋ ਇੱਕ ਧੁਨ ਹੈ। ਤੋ ਸ਼ਬਦ ਤੱਕ ਸਭ ਨੇ ਗੱਲ ਕੀਤੀ ਹੈ, ਅਰਥ ਦੀ ਵੀ ਗੱਲ ਕੀਤੀ, ਮੈਂ ਉਸਨੂੰ ਹੋਰ ਅੱਗੇ ਥੋੜ੍ਹਾ ਜਿਹਾ ਲਿਜਾਣਾ ਚਾਹੁੰਦੀ।
ਸ਼ਬਦ ਦੇ ਨਾਲ ਜਦੋਂ ਬੱਚਾ ਜੰਮਦਾ, ਥੋੜ੍ਹਾ ਜਿਹਾ ਇਸ਼ਾਰਾ ਹੈ, ਜਦੋਂ ਬੱਚਾ ਜੰਮਦਾ ਉਸਨੂੰ ਪਤਾ ਨਹੀਂ ਹੁੰਦਾ ਉਹ ਪਾਣੀ ਪੀਂਦਾ, ਪਰ ਉਹਦੇ ਕੋਲ ਪਾਣੀ ਸ਼ਬਦ ਨਹੀਂ ਹੈ, ਪਾਣੀ ਵਸਤੂ ਹੈ, ਜਿਸਨੂੰ ਕਿਹਾ ਥਾਲ ਵਿੱਚ ਤਿੰਨ ਵਸਤੂ ਪਈਓ, ਇੱਕ ਓਂਕਾਰ ਵਸਤੂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਬ ਨੇ ਰੱਬ ਇੱਕ ਵਸਤੂ ਹੈ, ਵਸਤੂ ਸੰਸਾਰ ਵਾਲੀ ਨਹੀਂ, ਰੱਬ ਇੱਕ ਨਾਦ ਹੈ, ਰੱਬ ਇੱਕ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਰੱਬ ਸਮਝ ਕੇ ਇਹ ਯਥਾ ਮਾਮ ਪ੍ਰਬੰਧਨ 'ਤੇ, ਗੀਤਾ ਵਿੱਚ ਕ੍ਰਿਸ਼ਨ ਜੀ ਨੇ ਕਿਹਾ ਜੇ ਜਿਉਂ ਜਿਹਾ ਮੈਨੂੰ ਉਸ ਪਰਮਾਤਮਾ ਨੂੰ ਕੋਈ ਦੇਖੇਗਾ, ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਪੂਰੀ ਸ਼ਰਧਾ ਔਰ ਪੂਰੀ ਸਿੱਖ ਭਾਵਨਾ ਹੋਵੇ ਕਿ ਮੈਂ ਇਸਨੂੰ ਸੁਣਨਾ, ਫਿਰ ਉਸ ਲਈ ਕੋਈ ਸੁਜਾਨ ਅਗਰ ਅਧਿਆਪਕ ਮਿਲ ਜਾਏ ਤਾਂ ਫਿਰ ਇਹ ਸੋਨੇ 'ਤੇ ਸਹਾਗਾ ਹੈ। ਸੋ ਚਿੱਤ ਨਾਰਾਇਣ ਨਾਲ, ਚਿੱਤ ਚਿੱਤਵੋ ਨਾਰਾਇਣ ਏਕ, ਸੁਖਮਨੀ ਸਾਹਿਬ ਵਿੱਚ ਹੈ, ਚਿੱਤ ਚਿੱਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਤੋ ਮਨ ਮੈਂ ਚਿੱਤਵੋ ਚਿੱਤਵਨੀ, ਤੋ ਮਨ ਦੀ ਸੂਖਸ਼ਮ ਅਵਸਥਾ ਦਾ ਨਾਮ ਚਿੱਤ ਹੈ। ਚਿੱਤ ਸਾਡਾ ਅਨੰਤ ਜਨਮ ਦੀ ਯਾਤਰਾ ਕਰਦਾ ਆ ਰਿਹਾ ਹੈ, ਇਸ ਲਈ ਚਿੱਤ ਨੂੰ ਜੇ ਚੇਤਨ ਬਣਾਉਣਾ ਚਾਹੁੰਦੇ ਹਾਂ, ਚਿੱਤ ਨੂੰ ਅਸੀਂ ਆਨੰਦ ਵਿੱਚ ਲਿਜਾਣਾ ਚਾਹੁੰਦੇ ਹਾਂ, ਤਾਂ ਮੈਂ ਅੰਮ੍ਰਿਤਸਰ ਵਿੱਚ ਦੱਸਿਆ ਕਿ ਆਨੰਦ ਦਾ ਮਤਲਬ ਹੈ ਜਿਸ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਸੁਜਾਤੀ ਵਿਜਾਤੀ ਸਵੈਗਤ ਭੇਦ ਨਹੀਂ ਹੈ, ਕੋਈ ਕਾਰਜ ਨਹੀਂ ਹੈ, ਕੋਈ ਕਾਰਨ ਨਹੀਂ ਹੈ। ਤੋ ਪੰਜ ਬਾਣੀਆਂ ਵਿੱਚ ਜੇ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਨਾ ਪੜ੍ਹੀਏ ਤਾਂ ਸਾਡੀਆਂ ਪੰਜ ਬਾਣੀਆਂ ਪੂਰੀਆਂ ਨਹੀਂ ਹੁੰਦੀਆਂ। ਸ਼੍ਰੀ ਗੁਰੂ ਅਮਰਦਾਸ ਜੀ ਦੀ ਸਵੇਰੇ ਉੱਠ ਕੇ ਅਸੀਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸ਼ਾਮ ਨੂੰ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਕੋਈ ਮ੍ਰਿਤਕ ਹੋਏ ਤੋਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਕੋਈ ਜਨਮ ਦਿਨ ਹੋਏ ਤੋਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਔਰ ਨਿੰਦਰਾ ਵਿੱਚ ਅਸੀਂ ਆਨੰਦਮੈ ਕੋਸ਼ ਵਿੱਚ ਜਾਂਦੇ ਹਾਂ। ਤਾਂ ਗੁਰੂ ਸ਼ਬਦ ਦੀ ਸ਼ਕਤੀ ਦਾ ਚਿੰਤ ਪ੍ਰਭਾਵ ਵੀ ਪਏਗਾ ਕਿ ਜਿਹੜੀ ਮੋਹ ਨਿੰਦਰਾ 'ਚ ਅਸੀਂ ਸੁੱਤੇ ਹਾਂ, ਸੋਵਤ ਕਹਾਂ ਮੋਹ ਨਿੰਦਰਾ ਮੈਂ, ਕਭੂ ਸੁਚਿਤ ਹੋਏ ਜਾਗੇ। ਤੋ ਮੈਂ ਇਸ ਪ੍ਰਸੰਗ ਨੂੰ ਸਮੇਟਦੇ ਹੋਏ, ਮੋਹ ਨਿੰਦਰਾ ਤੋਂ ਜਗਾਉਣ ਦੀ ਸ਼ਕਤੀ ਅਗਰ ਹੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤੋ ਸ਼ਬਦ ਬਣਿਆ ਕਿਸ ਤਰ੍ਹਾਂ? ਅੱਖਰਾਂ ਤੋਂ, ਇੱਕ ਧੁਨਾਤਮਕ ਹੈ, ਇੱਕ ਵਰਣਾਤਮਕ ਹੈ। ਤੋ ਧੁਨਾਤਮਕ ਸ਼ਬਦ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਜਾਣਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਐਸਾ ਗਿਆਨ ਵਿਚਾਰੇ ਕੋਈ ਤਿਸ 'ਤੇ ਮੁਕਤ ਪਰਮਗਤ ਹੋਈ। ਹੁਣੇ ਥੋੜ੍ਹੇ ਦਿਨ ਪਹਿਲੇ ਯੂਨੀਵਰਸਿਟੀ 'ਚ ਸੈਮੀਨਾਰ ਸੀ, ਉਹਨਾਂ ਨੇ ਕਿਸੇ ਸਮਾਗਮ 'ਤੇ ਸੀ, ਤਾਂ ਸੈਮੀਨਾਰ 'ਤੇ ਹੋਰ ਪ੍ਰਕਰਨ ਸੀ, ਤਾਂ ਉਸ ਵਿੱਚ ਸੀ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਨ ਬੂਝੇ ਬਿਦ ਜਾਣ। ਤੋ ਬੂੰਦ ਵਿੱਚ ਜੀਵ ਬੂੰਦ ਹੈ, ਪਰ ਬੂੰਦ ਵਿੱਚ ਪੂਰਾ ਸਾਗਰ ਹੈ, ਪੂਰੇ ਗੁਰੂ ਗ੍ਰੰਥ ਸਾਹਿਬ। ਯੂ ਕੈਨ ਲਿਸਨ ਫਰੋਮ ਯੂਰ ਓਨ ਸੈਲਫ, ਦਿਸ ਨੂੰ ਦਸਮ ਦੁਆਰ ਕਿਹਾ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੋ ਮੋਹ ਨਿੰਦਰਾ ਤੋਂ ਜਗਾਉਣ ਦੀ ਸ਼ਕਤੀ ਲਈ ਇਹ ਸਮਾਗਮ ਔਰ ਇਹ ਕੀਰਤਨ ਅਭਿਆਸ ਹੈ, ਮੋਹ ਨਿੰਦਰਾ ਤੋਂ ਜਾਗ ਜਾਏ। ਤੋ ਧੁਨ ਦਾ ਇੱਕ ਅਸਰ ਹੈ, ਗੁਰਮੁਖ ਅਕਥ ਕਹਾਣੀ, ਇਹ ਅਕਥ ਕਹਾਣੀ ਹੈ, ਸ਼ਬਦ ਤੋਂ ਪਰੇ ਦੀ ਗੱਲ ਹੈ। ਜਿਸ ਤਰ੍ਹਾਂ ਨਿੰਦਰਾ ਵਿੱਚ ਅਸੀਂ ਸ਼ਬਦ ਵਿੱਚ ਨਹੀਂ, ਪਰ ਫਿਰ ਵੀ ਸਾਡਾ ਅਚਿੰਤ ਸ਼ਕਤੀ ਜਿਸ ਨਾਮ ਨਾਲ ਅਸੀਂ ਦੇਹ ਨਾਲ ਜੁੜਿਆ ਉਹ ਜਗਾ ਦਿੰਦੀ ਹੈ। ਇਸ ਤਰ੍ਹਾਂ ਅਸੀਂ ਇਸ ਨਾਮ ਤੋਂ ਇੱਕੀ ਓਂਕਾਰ ਤੋਂ ਕਦੀ ਨਾ ਵਿਛੜੇ ਸੀ, ਨਾ ਵਿਛੜੇ ਹਾਂ, ਨਾ ਵਿਛੜਾਂਗੇ, ਪਰ ਉਹ ਵਸਤੂ ਨਾਲ ਜੇ ਆ ਜਾਏ, ਨਾਮ ਕੇ ਤਾਰੇ ਸਗਲੇ ਜੰਤ, ਨਾਮੀ ਬਹੁਤ ਵੱਡਾ ਹੈ। ਤੋ ਇੱਕੀ ਓਂਕਾਰ ਨਾਮ ਦਾ ਅਰਥ ਹੈ ਨਾਮੀ, ਅਕਾਲ ਪੁਰਖ ਜੋ ਬਹੁਤ ਵੱਡਾ ਹੈ। ਤੋ ਇਸ ਲਈ ਉਸਨੂੰ ਸਾਰੀ ਚਿੜੀਆਂ ਵਿੱਚ, ਪੰਛੀਆਂ ਵਿੱਚ, ਜੰਤੂਆਂ ਵਿੱਚ, ਪਸ਼ੂਆਂ ਵਿੱਚ, ਪ੍ਰੇਤਾਂ ਵਿੱਚ ਇਹ ਨਾਦ ਹੈ। ਯੂ ਕੈਨ ਲਿਸਨ, ਫਿਰ ਕਹਿੰਦੇ ਤਾਂ ਉਹ ਅਵਸਥਾ ਆਉਂਦੀ ਹੈ ਕਿ ਮੈਂ ਅੱਜ ਹੁਣ ਮਰਨਾ ਨਹੀਂ ਹੈ, ਮਰਨਾ ਹੈ ਨਹੀਂ, ਉਹਦੇ 'ਚ ਮ੍ਰਿਤੂ ਹੈ ਨਹੀਂ। ਇਸ ਕਰਕੇ ਕਿਹਾ ਗਾਵਨ ਤੁਦਨੋ ਪਵਣ ਪਾਣੀ ਬਹਿ ਸੰਤਰ, ਅਗਨੀ ਵੀ ਗਾ ਰਹੀ ਹੈ। ਤੋ ਇੱਕ ਧਿਆਨ ਵਿੱਚ ਸੰਗੀਤ ਸੁਣਿਆ ਜਾਂਦਾ, ਧਿਆਨ ਤੋਂ ਹੀ ਸਭ ਕੁਛ ਆਇਆ, ਅਗਰ ਧਿਆਨ ਨਹੀਂ ਤਾਂ ਕੁਛ ਨਹੀਂ। ਇਸ ਕਰਕੇ ਪਰਮਾਤਮਾ ਕਰੇ ਕਿ ਸਾਨੂੰ ਐਸੇ ਸਮਾਗਮ, ਐਸੇ ਸਥਾਨਾਂ 'ਤੇ ਜਾਣਾ ਮਿਲਦਾ ਰਹੇ ਔਰ ਗੁਣੀ ਜਨਾਂ ਦਾ ਸੰਗ ਮਿਲਦਾ ਰਹੇ। ਮੈਂ ਇਹ ਬਾਬਾ ਸੁੱਚਾ ਸਿੰਘ ਜੀ ਦੇ ਜੋ ਕੀਤੇ ਹੋਏ ਪ੍ਰਯਾਸ ਨੇ ਔਰ ਉਹਨਾਂ ਦੀ ਖਿੜੀ ਹੋਈ ਜੋ ਫੁਲਵਾੜੀ ਹੈ, ਮੈਂ ਉਹਨਾਂ ਨੂੰ ਮੁਬਾਰਕ ਦਿੰਦੀ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਫੁਲਵਾੜੀ ਖਿੜੀ ਰਹੇ ਔਰ ਅਸੀਂ ਇੱਥੇ ਆ ਕੇ ਮਹਿਕ ਲੈਂਦੇ ਰਹੀਏ। ਇੱਕ ਪੰਕਤੀ ਆਪ ਮੇਰੇ ਨਾਲ ਸਾਰੇ ਪੜ੍ਹੋਗੇ ਕਿ ਗੁਰੂ ਜੀ ਦੀ ਇਹ ਆਵਾਜ਼, ਇਹ ਸੁਰ, ਇਹ ਧੁਨ ਸਾਨੂੰ ਜਗਾ ਕੇ ਅੰਮ੍ਰਿਤ ਰਸ ਪਿਆ ਦੇਵੇ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨਿਅੜੀ ਅਕਥ ਕਹਾਣੀ ਰਾਮ, ਪਸ਼ੂ ਪ੍ਰੇਤ ਮੁਗਧ ਕੋ ਤਾਰੇ
ਪਾਹਨ ਪਾਰ ਉਤਾਰੇ ਪਾਹਨ ਪਾਰ ਉਤਾਰੇ ਮੇਰੇ ਲਈ ਵੀ ਅਰਦਾਸ ਕਰਦੇ ਰਹਿਣਾ ਕਿ ਮੈਂ ਆਪਣੇ ਵਿਦਿਆਦਾਤਾ ਦੀ ਮਿਹਨਤ ਅਤੇ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਮੈਨੂੰ ਵਿਦਿਆਦਾਤਾ ਦਿੱਤੇ ਉਹਨਾਂ ਦੇ ਚਰਨਾਂ ਵਿੱਚ ਮੈਂ ਨਤਮਸਤਕ ਹੋ ਕੇ ਉਹਨਾਂ ਦੀਆਂ ਸੇਵਾਵਾਂ ਨੂੰ ਜੀਵਨ ਭਰ ਨਿਭਾ ਸਕਾਂ ਇਸ ਅਰਦਾਸ ਨਾਲ ਗੁਣੀ ਜਨਾਂ ਨੂੰ ਅਤੇ ਸਭ ਨੂੰ ਨਮਨ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ